ਇੱਕ ਜਗਾਰਾ ਲਾਉਣਾ। ਮੈਂ ਕਹਾਂਗਾ ਇੱਕ ਕਹਾਵਤ ਹੈ, ਇੱਕ ਵਿਚਾਰ ਹੈ, ਇੱਕ ਸਮਾਜ ਦੇ ਵਿੱਚ ਸਾਡੇ ਲੋਕਾਂ ਨੂੰ ਵੰਡਣ ਦੀ ਭਾਵਨਾ। ਜਿਵੇਂ ਤੁਸੀਂ ਸੁਣਿਆ ਹੋਣਾ ਨਾ, ਸ਼ਿਵ ਸੈਨਾ ਜਿਹੜੀ ਹੈ ਉਹ ਸਾਈ ਸਮੁਦਾਇ ਦੇ ਖਿਲਾਫ ਹੈ। ਸੁਣਦੇ ਹੋ ਨਾ ਤੁਸੀਂ, ਕਈ ਵਾਰੀ ਸੁਣਦੇ ਹੋ ਨਾ। ਦੇਖੋ ਕਿੰਨਾ ਗਲਤ ਸੰਦੇਸ਼, ਕਿੰਨੀ ਗਲਤ ਭਾਵਨਾ ਕਿ ਸਮਾਜ ਜਿਹੜਾ ਇੱਕ ਜਗ੍ਹਾ ਤੇ ਇਕੱਠਾ ਨਾ ਹੋਵੇ। ਅਗਰ ਇਹ ਲੋਕ ਸਾਰੇ ਆਪਸ ਵਿੱਚ ਰਲ ਕੇ ਬਹਿ ਗਏ ਤੇ ਅਸੀਂ ਆਪਣੀਆਂ ਰਾਜਨੀਤਿਕ ਰੋਟੀਆਂ ਕਿੱਥੇ ਸਿੱਕਣੀਆਂ? ਇਹ ਵੱਡੇ ਵੱਡੇ ਜਿਹੜੇ ਰਾਜਨੀਤਿਕ ਆ ਉਹਨਾਂ ਦੀ ਇਹ ਭਾਵਨਾ। ਮੈਂ ਕਹਿ ਰਿਹਾ ਸੀ ਵੀ ਇੱਕ ਆਪਾਂ ਨਾਰਾ ਲਾਉਣਾ। ਮੈਂ ਕਹਿਣਾ ਪ੍ਰਭੂ ਯਿਸੂ ਮਸੀਹ ਜੀ ਦਾ ਜਾਪ ਕਰੇਂਗੇ ਤਾਂ ਤੁਸੀਂ ਕਹਿਣਾ ਆਪਣੀ ਰਕਸ਼ਾ ਆਪ ਕਰੇਂਗੇ। ਪ੍ਰਭੂ ਯਿਸੂ ਮਸੀਹ ਜੀ ਦਾ ਜਾਪ ਕਰੇਂਗੇ, ਆਪਣੀ ਰਕਸ਼ਾ ਆਪ ਕਰੇਂਗੇ। ਮਜ਼ਾ ਨਹੀਂ ਆਇਆ ਥੋੜਾ, ਚਲੋ ਲਾਸਟ ਵਿੱਚ ਲਵਾਂਗੇ। ਮੈਂ ਸੁਭਾਸ਼ ਗੋਇਆ ਜੀ ਦਾ, ਸਟੀਫਨ ਭੱਟੀ ਜੀ ਦਾ, ਮੇਰੇ ਪਾਸਟਰ ਜੀ ਤਰਸੇਮ ਜੀ ਆਪਣੇ ਭਾਈ ਸਾਹਿਬ ਜਿਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਜਿਹਨਾਂ ਦੀ ਬਦੌਲਤ ਤੁਹਾਡੇ ਪਿੰਡ ਵਿੱਚ ਆ ਕੇ ਮੈਨੂੰ ਆਪਣੀਆਂ ਭੈਣਾਂ, ਆਪਣੀਆਂ ਮਾਵਾਂ, ਆਪਣੇ ਬਜ਼ੁਰਗਾਂ ਦਾ, ਬਾਜ ਜੀ ਦੀ ਨੌਜਵਾਨ ਪੀੜ੍ਹੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੇਰੇ ਨੌਜਵਾਨ ਸਾਥੀ ਵੀ ਇੱਥੇ ਨੇ, ਬਜ਼ੁਰਗ ਵੀ ਇੱਥੇ ਨੇ, ਜੱਗੀ ਜੀ ਨੇ ਸਾਡੇ ਮਹਾਂ ਸਚਿਵ ਨੇ ਉਹਨਾਂ ਸਭ ਕੁਝ ਦੱਸਦਾ ਸਿੱਖਾਂ ਦੇ ਬਾਰੇ। ਮੈਂ ਵੀ ਚੰਦ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨੇ ਆ ਵੀ ਸ਼ਿਵ ਸੈਨਾ ਹੈ ਕੀ, ਸ਼ਿਵ ਸੈਨਾ ਦਾ ਕੰਮ ਕੀ ਹੈ, ਸ਼ਿਵ ਸੈਨਾ ਆਪਣੇ ਸਮਾਜ ਵਾਸਤੇ ਕਰਨਾ ਕੀ ਚਾਹੁੰਦੀ। ਸਭ ਤੋਂ ਪਹਿਲਾਂ ਸ਼ਿਵ ਸੈਨਾ ਦਾ ਕੰਮ ਹੈ ਜੋੜਨਾ, ਤੋੜ ਨਾਲ ਸ਼ਿਵ ਸੈਨਾ ਦਾ ਕੰਮ ਨਹੀਂ। ਚਾਹੇ ਆਪਾਂ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਹਾਂ, ਸ਼ਿਵ ਸੈਨਾ ਦਾ ਕੰਮ ਹੈ ਜੋੜਨਾ ਤੋੜ ਨਾਲ। ਪਾਰਟੀ ਸੁਪਰੀਮੋ ਆਦਰਣੀ ਹਿੰਦੂ ਜਿਹੜੇ ਸਮਰਾਟ ਬਾਲਾ ਸਾਹਿਬ ਪਾਤਸ਼ਾਹ ਉਹ ਕੀ ਕਹਿੰਦੇ ਸੀ, ਉਹ ਕਹਿੰਦੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਆਪਾਂ ਸਾਰੇ ਹਿੰਦੁਸਤਾਨੀ ਆ, ਅਗਰ ਕਿਸੇ ਸਮੁਦਾਇ ਦਾ ਵਿਅਕਤੀ ਸਾਡੇ ਹਿੰਦੁਸਤਾਨ ਦੇ ਵਿੱਚ ਕਮਾ ਰਿਹਾ, ਹਿੰਦੁਸਤਾਨ ਦੇ ਵਿੱਚ ਖਾ ਰਿਹਾ ਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ਨਾਲ ਹਿੰਦੁਸਤਾਨ ਦੇ ਵਿੱਚ ਖੂਨ ਖਰਾਬੇ ਦੀ ਕੋਈ ਹੋਲੀ ਖੇਲੇਗਾ ਤੇ ਸ਼ਿਵ ਸੈਨਾ ਸਭ ਤੋਂ ਪਹਿਲੇ ਉਸ ਵਿਅਕਤੀ ਦੇ ਖਿਲਾਫ ਹੈ। ਕੁਛ ਲੋਕ ਜੱਗੀ ਜੀ ਨੇ ਦੱਸਿਆ ਵੀ ਇੱਕ ਬੀਨਾ ਅਟਵਾਲ ਸਾਡੀ ਜ਼ਿਲ੍ਹਾ ਮਹਿਲਾ ਵਿੰਗ ਦੀ ਜਿਹੜੀ ਜ਼ਿਲ੍ਹਾ ਪ੍ਰਮੁੱਖ ਆ ਜਲੰਧਰ ਤੋਂ ਵੀ ਉਹਨਾਂ ਨੇ ਸਵਾਲ ਕੀਤਾ ਫਗਵਾੜੇ ਤੋਂ, ਮੇਰੇ ਨਾਲ ਕਈ ਮੇਰੀਆਂ ਭੈਣਾਂ ਨੇ ਸਵਾਲ ਕੀਤਾ ਵੀ ਸਾਨੂੰ ਸ਼ੇਰਸ਼ਾਹ ਚ ਆਉਣ ਨੂੰ ਬਹੁਤ ਦਿਲ ਕਰਦਾ। ਕੁਝ ਲੋਕਾਂ ਦਾ ਕਹਿਣਾ ਵੀ ਸ਼ੇਰਸ਼ਾਹ ਕ੍ਰਿਸਚਨ ਸਮੁਦਾਇ ਦੇ ਖਿਲਾਫ, ਈਸਾਈ ਮਸ਼ੀਨਰੀ ਦੇ ਖਿਲਾਫ, ਸ਼ੇਰਸ਼ਾਹ ਖਿਲਾਫ ਹੈ ਤੇ ਮੈਂ ਬੜੇ ਜ਼ੋਰ ਦੇ ਕੇ ਸਵਾਸ ਦਿੱਤਾ ਉਸ ਆਪਣੀ ਭੈਣ ਨੂੰ। ਮੈਂ ਕਿਹਾ ਜਦੋਂ ਵੀ ਤੁਹਾਡੇ ਸਮੁਦਾਇ ਨੂੰ ਕੋਈ ਪਰਸਨਲ ਕੰਮ ਵੀ ਪੈਂਦਾ ਤਾਂ ਸਭ ਤੋਂ ਪਹਿਲੇ ਮੇਰੀ ਭੈਣੇ ਮੈਨੂੰ ਫੋਨ ਕਰਨਾ ਹੈ। ਅਗਰ ਮੈਂ ਜਲੰਧਰ ਫਗਵਾੜੇ 3 ਘੰਟੇ ਦਾ ਸਫ਼ਰ ਲੱਗਦਾ ਤਾਂ ਮੈਂ ਤੇਰੇ ਕੋਲ 1.5 ਘੰਟੇ ਦੇ ਵਿੱਚ ਸਮੁਦਾਇ ਵਾਸਤੇ ਸਭ ਤੋਂ ਪਹਿਲੇ ਮੈਂ ਪਹੁੰਚਾਂਗਾ। ਅੱਜ ਰਾਜਨੀਤਿਕ ਸੰਗਠਨਾਂ ਨੇ, ਅੱਜ ਰਾਜਨੀਤਿਕ ਦੇ ਜਿਹੜੇ ਵੱਡੇ ਵੱਡੇ ਸੰਗਠਨ ਆ ਉਹਨਾਂ ਨੇ ਸਾਨੂੰ ਜਾਤ ਪਾਤ ਦੇ ਆਧਾਰ ਨਾਲ ਵੰਡਤਾ। ਬ੍ਰਾਹਮਣ ਨੂੰ ਕਹਿਤਾ ਵੀ ਇਹਨੂੰ ਆਪਣੇ ਲਾਗੋਂ ਨਾ ਲੱਗਣ ਦੇਈ, ਰਾਜਪੂਤ ਨੂੰ ਕਹਿਤਾ ਵੀ ਇਹਨੂੰ ਆਪਣੇ ਖੂਹ ਦਾ ਪਾਣੀ ਨਹੀਂ ਪੀਣ ਦੇਣਾ। ਮੇਰੀ ਉਹ ਭੈਣੋ, ਮੇਰੇ ਬਜ਼ੁਰਗੋ, ਨੌਜਵਾਨ ਪੀੜ੍ਹੀ ਜਿਹੜੀ ਆ, ਇਹ ਗੱਲ ਮੈਂ ਬਹੁਤ ਸੋਚ ਸਮਝ ਕੇ ਕਹਿ ਰਿਹਾ ਵੀ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਸਾਡੀ ਏਕਤਾ ਨੂੰ ਅਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਗਰ ਸ਼ਿਵ ਸੈਨਾ ਕਿਸੇ ਸਮੁਦਾਇ ਦੇ ਖਿਲਾਫ ਹੁੰਦੀ ਤੇ ਅੱਜ ਇਹ ਮੇਰਾ ਛੋਟਾ ਵੀਰ ਭੱਟੀ ਸ਼ਿਵ ਸੈਨਾ ਦਾ ਕੈਂਡੀਡੇਟ ਤੁਹਾਡੇ ਇਲਾਕੇ ਵਾਸਤੇ ਨਹੀਂ ਹੁੰਦਾ।
ਆਦਰਣੀ ਹੈ ਹਿੰਦੂ ਹਿਰਦੇ ਸਮਰਾਟ ਉਤਮ ਸਾਹਿਬ, ਉਹਨਾਂ ਦੇ ਆਸ਼ੀਰਵਾਦ ਨਾਲ ਸਿਰ ਚੜ੍ਹਨ ਤੁਹਾਡੇ ਵਿਧਾਨ ਸਭਾ ਖੇਤਰ ਦੇ ਵਿੱਚ ਇੱਕ ਤੁਹਾਡੇ ਹੀ ਆਪਣੇ ਭਰਾ, ਤੁਹਾਡੇ ਆਪਣੇ ਸਮੁਦਾਇ ਦਾ ਇੱਕ ਨੌਜਵਾਨ ਔਰ ਲਾਇਕ ਨੌਜਵਾਨ ਜਿਹਨੂੰ ਸ਼ਿਵ ਸੈਨਾ ਦਾ ਕੈਂਡੀਡੇਟ ਚੁਣਿਆ, ਫਿਰ ਸ਼ਿਵ ਸੈਨਾ ਸਾਡੇ ਸਮੁਦਾਇ ਦੇ ਖਿਲਾਫ਼ ਕਿਵੇਂ ਹੋ ਸਕਦੀ ਹੈ? ਜੇ ਸ਼ਿਵ ਸੈਨਾ ਆਪਣੇ ਸਮੁਦਾਇ ਦੇ ਖਿਲਾਫ਼ ਹੁੰਦੀ ਤੇ ਅੱਜ ਯੋਗ ਰਾਜ ਤੁਹਾਡੇ ਵਿੱਚ ਕਿਵੇਂ ਆਉਂਦਾ? ਮੈਂ ਇਸ ਮੰਚ ਤੋਂ ਜ਼ਿਆਦਾ ਨਹੀਂ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਧਾਰਮਿਕ ਸਮਾਗਮ ਖੁਸ਼ੀਆਂ ਦਾ ਮਾਹੌਲ ਹੈ। ਇਸ ਕਰਕੇ ਇਸ ਮੰਚ ਤੋਂ ਜ਼ਿਆਦੀਆਂ ਰਾਜਨੀਤੀ ਦੀਆਂ ਗੱਲਾਂ ਕਰਦਾ ਵਾ ਅੱਛਾ ਨਹੀਂ ਲੱਗਦਾ। ਮੈਂ ਸਾਰਿਆਂ ਦਾ ਦਿਲ ਦੀ ਗੱਲਾਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਸ ਮੰਚ ਤੇ ਇਸ ਪ੍ਰਭੂ ਦੇ ਘਰ ਦੇ ਵਿੱਚ ਜੋ ਮਾਣ ਸਨਮਾਨ ਤੁਸੀਂ ਆਪਣੇ ਨਵਾਣੇ ਦੇ ਵੀਰਾਂ ਨੂੰ ਬਖਸ਼ਿਆ, ਇਹਦਾ ਮੈਂ ਸਾਰਾ ਪਾਸੇ ਆਭਾਰੀ ਰਵਾਂਗਾ। ਔਰ ਮੈਂ ਸਾਰਿਆਂ ਨੂੰ ਨਿਵੇਦਨ ਕਰਾਂਗਾ, ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਦਿਨ ਰਾਤ ਇੱਕ ਕਰ ਦਿਓ ਆਪਣੇ ਛੋਟੇ ਭਰਾ ਵਾਸਤੇ, ਤਾਂ ਜੋ ਆਪਣੇ ਸਮਾਜ ਦੀ ਆਵਾਜ਼ ਨੂੰ ਪੰਜਾਬ ਵਿੱਚ ਬੁਲੰਦ ਕਰਨ ਵਾਸਤੇ ਵਿਧਾਨ ਸਭਾ ਦੇ ਵਿੱਚ ਇਹ ਸ਼ੇਰ ਗੱਜਣਾ ਚਾਹੀਦਾ, ਬਹੁਤ ਜ਼ਰੂਰੀ ਹੈ ਸਾਡੇ ਸਮਾਜ ਵਾਸਤੇ, ਸਾਡੇ ਪੰਜਾਬ ਵਾਸਤੇ, ਸਾਡੀ ਪੰਜਾਬੀਅਤ ਵਾਸਤੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਤਰਸੇਮ ਜੀ ਦਾ ਔਰ ਜਿੰਨੇ ਵੀ ਆਪਣੇ ਇਸ ਕਮੇਟੀ ਦੇ ਮੈਂਬਰ ਸਾਹਿਬ ਆਣ ਨੇ ਉਹਨਾਂ ਦਾ ਦਿਲ ਦੀ ਗਹਿਰਾਈ ਨਾਲ ਬਹੁਤ ਬਹੁਤ ਧੰਨਵਾਦ ਕਰਦਾ, ਜਿਹਨਾਂ ਨੇ ਮੈਨੂੰ ਇੱਡਾ ਮੈਨੂੰ ਆਪਣੀਆਂ